ਅੱਜ ਆਪਾਂ ਇਸ ਲਈ ਇਕੱਤਰ ਹੋਏ ਆ ਕਿਉਂਕਿ ਪਿਛਲੇ ਦਿਨੀ 18 ਤਰੀਕ ਦੀ ਸ਼ਾਮ ਨੂੰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਜੀ ਦੇ ਉੱਤੇ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਹਮਲਾ ਹੋਇਆ ਮੈਂ ਫਤਿਹਗੜ੍ਹ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਵੀ ਇਹ ਲਫ਼ਜ਼ ਕਹੇ ਸੀ ਇਹ ਸਿੱਖ ਆਪਣੇ ਗੁਰੂ ਨੂੰ ਪਿਆਰ ਕਰਦਾ ਹੈ ਸਿੱਖ ਆਪਣੇ ਗੁਰਧਾਮਾਂ ਨੂੰ ਪਿਆਰ ਕਰਦਾ ਹੈ ਸਿੱਖ ਆਪਣੀਆਂ ਪਰੰਪਰਾਵਾਂ ਨੂੰ ਪਿਆਰ ਕਰਦਾ ਹੈ ਔਰ ਸਾਡਾ ਦੁਸ਼ਮਣ ਜਾਣਦਾ ਹੈ ਕਿ ਸਿੱਖਾਂ ਨੂੰ ਆਰਿਆਂ ਨਾਲ چیر ਦਈਏ ਦੇਗਾਂ 'ਚ ਉਬਾਲ ਦਈਏ ਬੰਦ-ਬੰਦ ਕੱਟ ਦਈਏ ਇਹ ਦਰਦ ਨਹੀਂ ਮਣਾਉਂਦੇ ਜੇ ਸਿੱਖਾਂ ਨੂੰ ਦਰਦ ਦੇਣਾ ਹੈ ਇਹਨਾਂ ਦੇ ਗੁਰੂ ਤੇ ਹਮਲਾ ਕਰੋ ਇਹਨਾਂ ਦੇ ਗੁਰਧਾਮਾਂ ਤੇ ਹਮਲਾ ਕਰੋ ਔਰ ਇਹਨਾਂ ਦੀਆਂ ਪਰੰਪਰਾਵਾਂ ਤੇ ਹਮਲਾ ਕਰੋ ਅੱਜ ਸਾਡੀਆਂ ਪਰੰਪਰਾਵਾਂ ਤੇ ਹਮਲਾ ਹੋ ਰਿਹਾ ਹੈ ਸਾਡੇ ਗੁਰਧਾਮਾਂ ਤੇ ਹਮਲਾ ਹੋ ਰਿਹਾ ਹੈ ਔਰ ਸਾਡੇ ਸਤਿਗੁਰੂ ਦੇ ਉੱਤੇ ਹਮਲਾ ਕਰਨ ਦਾ ਯਤਨ ਜਿਹੜਾ ਹੈ ਉਹ ਕੀਤਾ ਜਾ ਰਿਹਾ ਹੈ ਮੈਂ ਸ਼ਰੋਮਣੀ ਅਕਾਲੀ ਦਲ ਦੀ ਇਸ ਗੱਲੋਂ ਸਲਾੰਘਾ ਕਰਦਾ ਕਿ ਬਹੁਤ ਲੰਬੇ ਅਰਸੇ ਬਾਅਦ ਅਸੀਂ ਮੰਜੀ ਸਾਹਿਬ ਦੀਵਾਨ ਹਾਲ ਦੇ ਵਿੱਚ ਇਕੱਠੇ ਹੋਏ ਹਾਂ ਕਈਆਂ ਦੇ ਢਿੱਡ ਪੀੜ ਵੀ ਹੋਣੀ ਹੈ ਇਥੇ ਰਾਜਨੀਤਿਕ ਜਿਹੜੇ ਆ ਉਹ ਭਾਸ਼ਣ ਦਿੱਤੇ ਗਏ ਨੇ ਮੈਂ ਉਹਨਾਂ ਨੂੰ ਇਹ ਕਹਿਣਾ ਚਾਹਣਾ ਹੈ ਕਿ ਆਪਣੇ ਢਿੱਡ ਪੀੜ ਦਾ ਇਲਾਜ ਜਿਹੜਾ ਕੋਈ ਚੂਰਨ ਚਰਨ ਖਾ ਕੇ ਕਰ ਲਓ ਕਿਉਂਕਿ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਪੀਰੀ ਦਾ ਪ੍ਰਤੀਕ ਹੈ ਔਰ ਸ੍ਰੀ ਅਕਾਲ ਤਖਤ ਸਾਹਿਬ ਮੀਰੀ ਦਾ ਪ੍ਰਤੀਕ ਹੈ ਅਸੀਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੀ ਪ੍ਰਕਰਮਾਂ ਦੇ ਵਿੱਚੋਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਬਾਹਰ ਨਹੀਂ ਕੱਢ ਸਕਦੇ ਨਾ ਸਾਡੇ 'ਚ ਸਮਰੱਥਾ ਹੈ ਸਾਡਾ ਧਰਮ ਤੇ ਰਾਜਨੀਤੀ ਇਕੱਠਾ ਸੀ ਇਕੱਠਾ ਹੈ ਔਰ ਇਕੱਠਾ ਰਹੇਗਾ ਇਹ ਗੱਲ ਜਾਣ ਲੈਣੀ ਚਾਹੀਦੀ ਹੈ ਸਾਡੀਆਂ ਸੰਪਰਦਾਵਾਂ ਹਰ ਕੌਮ ਦੀਆਂ ਹੀ ਸੰਸਥਾਵਾਂ ਹੁੰਦੀਆਂ ਨੇ ਜਿਹੜੀਆਂ ਕੌਮ ਦੇ ਸਿਧਾਂਤਾਂ ਕੌਮ ਦੀ ਮਰਿਆਦਾਵਾਂ ਨੂੰ ਪਰਫੁੱਲਤ ਕਰਨ ਦੇ ਲਈ ਯਤਨ ਕਰਦੀਆਂ ਨੇ ਸਾਡੀ ਕੌਮ ਨੇ ਵੀ ਸੰਸਥਾਵਾਂ ਖੜੀਆਂ ਕੀਤੀਆਂ ਨੇ ਆਪਣੇ ਸਿਧਾਂਤਾਂ ਦੇ ਪ੍ਰਚਾਰ ਲਈ ਆਪਣੀਆਂ ਪਰੰਪਰਾਵਾਂ ਨੂੰ ਪਰਫੁੱਲਤ ਕਰਨ ਦੇ ਵਾਸਤੇ ਤੇ ਜੇ ਕਿਸੇ ਕੌਮ ਨੂੰ ਮਜਬੂਰ ਕਰਨਾ ਹੈ ਕਮਜ਼ੋਰ ਕਰਨਾ ਹੈ ਖਤਮ ਕਰਨਾ ਹੈ ਤੇ ਉਹਦੀਆਂ ਸੰਸਥਾਵਾਂ ਦੇ ਉੱਤੇ ਹਮਲੇ ਕੀਤੇ ਜਾਣ ਇਹ ਨੀਤੀ ਕਹਿੰਦੀ ਹੈ ਤੇ ਅੱਜ ਸਾਡੀਆਂ ਸੰਸਥਾਵਾਂ ਨੂੰ ਕਮਜ਼ੋਰ ਕਰਨ ਵਾਸਤੇ ਸਾਡੇ ਤੇ ਹਮਲੇ ਜਿਹੜੇ ਨੇ ਉਹ ਕੀਤੇ ਜਾ ਰਹੇ ਨੇ ਸਾਡੀਆਂ ਸੰਸਥਾਵਾਂ ਦੇ ਵਿੱਚੋਂ ਸਭ ਤੋਂ ਵੱਡੀ ਸੰਸਥਾ ਜਿਹੜੀ ਹੈ ਸਾਡੀ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਸਾਡੀ ਸਭ ਤੋਂ ਵੱਡੀ ਸੰਸਥਾ ਜਿਹੜੀ ਹੈ ਸ੍ਰੀ ਅਕਾਲ ਤਖਤ ਸਾਹਿਬ ਹੈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਪਟਨਾ ਸਾਹਿਬ ਬੋਰਡ ਹੈ ਹਜ਼ੂਰ ਸਾਹਿਬ ਬੋਰਡ ਹੈ ਚੀਫ ਖਾਲਸਾ ਦਿਵਾਨ ਹੈ ਔਰ ਸਾਡੀਆਂ ਸਾਰੀਆਂ ਸੰਪਰਦਾਵਾਂ ਦਮਦਮੀ ਟਕਸਾਲ ਨਿਹੰਗ ਸਿੰਘ ਜਥੇਬੰਦੀਆਂ ਸੇਵਾ ਪੰਥੀ ਨਾਨਕ ਸਰ ਜਿੰਨੀਆਂ ਵੀ ਸਾਡੀਆਂ ਸੰਪਰਦਾਵਾਂ ਨੇ ਇਹ ਸਾਡੀ ਕੌਮ ਦੀ ਰੀੜ ਦੀ ਹੱਡੀ ਹੈ ਔਰ ਸਾਸ੍ਰੀਆ ਸਾਡੀ ਇਸ ਕੌਮ ਦੀ ਰੀੜ ਦੀ ਹੱਡੀ ਦੇ ਉੱਤੇ ਹਮਲਾ ਕਰਨ ਦਾ ਜਿਹੜਾ ਯਤਨ ਹੈ ਉਹ ਕਰਨ ਦਾ ਬਹੁਤ ਭਰਪੂਰ ਜਿਹੜਾ ਹੈ ਉਹ ਸਾਧਨ ਜੁਟਾਏ ਜਾ ਰਹੇ ਨੇ ਸਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ 18 ਤਰੀਕ ਦੀ ਰਾਤ ਨੂੰ ਉਹ ਦੁਸ਼ਟ ਜੰਗਲਾ ਟੱਪ ਕੇ ਅੰਦਰ ਦਾਖਲ ਹੋਇਆ ਉਹਦਾ ਮਕਸਦ ਕੀ ਸੀ ਉਸ ਦਾ ਮਕਸਦ ਜਿਹੜਾ ਸੀ ਉਹ ਸ੍ਰੀ ਹਰਮੰਦਰ ਸਾਹਿਬ ਜੀ ਦੇ ਅੰਦਰ ਚੱਲ ਰਹੀ ਨਿਤਾਪਤੀ ਜਿਹੜੀ ਮਰਿਆਦਾ ਹੈ ਰਹਿਰਾਜ ਸਾਹਿਬ ਜੀ ਦਾ ਪਾਠ ਉਹਨੂੰ ਖੰਡਨ ਕਰਨਾ ਸੀ ਜੇ ਕਿਤੇ ਖੁਦਾ ਨਾਲ ਖਾਸਤਾ ਉਹ ਆਪਣੀ ਇਸ ਘਨਾਉਣੀ ਕਰਤੂਤ ਨੂੰ ਕਰਨ ਦੇ ਵਿੱਚ ਕਾਮਯਾਬ ਹੋ ਜਾਂਦਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਅੰਦਰ ਚੱਲ ਰਹੀ ਨਿਤਾਪਤੀ ਮਰਿਆਦਾ ਰਹਿਰਾਜ ਸਾਹਿਬ ਦਾ ਪਾਠ ਖੰਡਨ ਕਰਨ ਦੇ ਵਿੱਚ ਉਹ ਕਾਮਯਾਬ ਹੋ ਜਾਂਦਾ ਤਾ ਇੱਕ ਨੈਰੇਟਿਵ ਸਿਰਜਿਆ ਜਾਣਾ ਸੀ ਇੱਕ ਬਿਰਤਾਂਤ ਸਿਰਜਿਆ ਜਾਣਾ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਿਲਾਫ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਹਰਮੰਦਰ ਸਾਹਿਬ ਜੀ ਦੀ ਮਰਿਆਦਾ ਨੂੰ ਬਚਾਉਣ ਤੋਂ ناکਾਮਯਾਬ ਰਹੀ ਹੈ ਤੇ ਫਿਰ ਹੋਣਾ ਕੀ ਸੀ ਫਿਰ ਉਹੀ ਕੁਝ ਹੋਣਾ ਸੀ ਜੋ ਪਹਿਲੋਂ ਹੁੰਦਾ ਆਇਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਦੇ ਮੂਹਰੇ ਧਰਨੇ ਹੋਣੇ ਸੀ ਮੁਜ਼ਾਹਰੇ ਹੋਣੇ ਸੀ ਔਰ ਇੱਕ ਬਹੁਤ ਵੱਡਾ ਜਿਹੜਾ ਹੈ ਸ਼੍ਰੋਮਣੀ ਕਮੇਟੀ ਨੂੰ ਟਾਰਗੇਟ ਕਰਨ ਦੇ ਵਾਸਤੇ ਇਸ ਸੰਸਥਾ ਨੂੰ ਕਮਜ਼ੋਰ ਕਰਨ ਦੇ ਵਾਸਤੇ ਇੱਕ ਬਵਾਲ ਇੱਕ ਭਵੰਡਰ ਇੱਕ ਤੂਫਾਨ ਜਿਹੜਾ ਹੈ ਉਹ ਖੜਾ ਕੀਤਾ ਜਾਣਾ ਸੀ ਔਰ ਇਹਦੇ ਨਾਲ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਨਿਸ਼ਾਨਾ ਬਣਾਇਆ ਜਾਣਾ ਸੀ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਕਮੇਟੀ ਨੂੰ ਰੂਲ ਕਰ ਰਿਹਾ ਹੈ ਇਹ ਸਾਜ਼ਿਸ਼ ਸੀ ਅਸੀਂ ਵਿਦਵਾਨਾਂ ਦਾ ਇਕੱਠ ਸੱਜਿਆ ਅਨਲਿਸਿਸ ਕੀਤਾ ਮਕਸਦ ਜਿਹੜਾ ਹੈ ਸਾਡੀ ਸੰਸਥਾ ਨੂੰ ਕਮਜ਼ੋਰ ਕਰਨਾ ਹੀ ਸੀ ਹੋਰ ਰਹਿਰਾ ਸਾਹਿਬ ਦਾ ਪਾਠ ਦਾ ਖੰਡਨ ਕਰਕੇ ਕਿਸੇ ਨੂੰ ਕੀ ਮਿਲਣਾ ਸੀ ਕੁਝ ਨਹੀਂ ਸੀ ਮਿਲਣਾ ਇਸ ਘਣਾਉਣੇ ਘਟਨਾਕਰਮ ਤੋਂ ਬਾਅਦ ਸਾਡੀ ਸੰਸਥਾ ਦੀਆਂ ਚੂੜਾ ਜੜੀਆਂ ਹਿਲਾਉਣ ਦਾ ਇੱਕ ਨਪਾਕ ਇਰਾਦਾ ਸੀ ਸਾਡੇ ਬੈਰੀਆਂ ਦਾ ਜਿਹੜਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਦੀ ਅਪਾਰ ਕਿਰਪਾ ਦੇ ਨਾਲ ਨਾਕਾਮਯਾਬ ਹੋਇਆ ਮੈਂ ਇਸ ਗੱਲੋਂ ਅੰਦਰਲਾ ਜਿਹੜਾ ਸਾਡਾ ਸਟਾਫ ਸੀ ਉਹਨੂੰ ਮੈਂ ਵਧਾਈ ਵੀ ਦੇਣਾ 12 ਸੈਕਿੰਡ ਦਾ ਸਮਾਂ ਜੰਗਲਾ ਉੱਟਪਦਾ ਉਸ ਤੋਂ ਬਾਅਦ ਉਹਨੂੰ ਵਾਪਸ ਜੰਗਲੇ ਤੋਂ ਬਾਹਰ ਛੱਡਿਆ ਜਾਂਦਾ ਔਰ ਇਸ ਸਾਰੇ ਘਟਨਾਕਰਮ ਦੇ ਦੌਰਾਨ 12 ਸੈਕਿੰਡ ਦਾ ਸਮਾਂ ਲੱਗਦਾ ਹੈ 12 ਸੈਕਿੰਡ ਦਾ ਕੀ ਇਹ ਧੰਗ ਗੁਰੂ ਰਾਮਦਾਸ ਪਾਤਸ਼ਾਹ ਦੀ ਕਲਾ ਨਹੀਂ ਹੈ ਕੀ ਇਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੀ ਕਲਾ ਨਹੀਂ ਹੈ ਆਪਣੀ ਸੰਸਥਾ ਨੂੰ ਬਚਾਉਣ ਵਾਸਤੇ ਇਹ ਕਲਾ ਵਰਤੀ ਹੈ ਸਾਧ ਸੰਗਤ ਜੀ ਕਿ ਸੰਸਥਾ ਤੇ ਜਿਹੜਾ ਹਮਲਾ ਕਰਨ ਦਾ ਨਾਪਾਕ ਇਰਾਦਾ ਲੈ ਕੇ ਉਹ ਦੁਸ਼ਟ ਆਇਆ ਸੀ ਜਾਂ ਉਸ ਦੁਸ਼ਟ ਨੂੰ ਵਰਤਿਆ ਗਿਆ ਸੀ ਉਹ ਨਾਕਾਮ ਜਾਬ ਹੋਇਆ ਮੈਂ ਇੱਕ ਵਾਰੀ ਫੇਰ ਕਹਿ ਦਿਆਂ ਬਹੁਤ ਸਾਰੇ ਸਵਾਲ ਜਿਹੜੇ ਚੁੱਕੇ ਜਾਂਦੇ ਬਾਹਰ ਜਾਣ ਦਾ ਮੌਕਾ ਮਿਲਦਾ ਹੈ ਇੰਗਲੈਂਡ ਅਮਰੀਕਾ ਸਿੱਖ ਸਵਾਲ ਕਰਦੇ ਕਹਿੰਦੇ ਜੀ ਸਾਨੂੰ ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਤੇ ਗਿਲਾ ਹੈ ਕਿ ਉਹ ਆਜ਼ਾਦ ਦੇਸ਼ ਦੀ ਗੱਲ ਨਹੀਂ ਕਰਦੇ ਆਜ਼ਾਦ ਰਾਜ ਦੀ ਗੱਲ ਨਹੀਂ ਕਰਦੇ ਤੇ ਅਸੀਂ ਆਖਿਆ ਕਿ ਇਸ ਲਈ ਕਮਜ਼ੋਰ ਕੀਤਾ ਜਾ ਰਿਹਾ ਸ਼੍ਰੋਮਣੀ ਕਮੇਟੀ ਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਜੇ ਇਹ ਕਮਜ਼ੋਰ ਹੋ ਗਏ ਜੇ ਖਤਮ ਹੋ ਗਏ ਤਾਂ ਜਿਹੜੇ ਗੁਰਦੁਆਰਿਆਂ ਦਾ ਪ੍ਰਬੰਧ ਸੰਭਾਲਣਗੇ ਉਹਨਾਂ ਨੇ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਇਹ ਦੋਹਰਾ ਪੜਨ ਦੇ ਉੱਤੇ ਪਾਬੰਦੀ ਲਾ ਦੇਣੀ ਆ ਫਿਰ ਤੁਸੀਂ ਕੀ ਕਰੋਗੇ ਕਟੋ ਕਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੀਆਂ ਪਰੰਪਰਾਵਾਂ ਰਾਹੀਂ ਇੱਕ ਉਮੰਗ ਤਾਂ ਜਿਉਂਦੀ ਰੱਖਦੀ ਐ ਜਦੋਂ ਦੋਹਰਾ ਪੜਿਆ ਜਾਂਦਾ ਇਹ ਉਮੰਗ ਜਿਹੜੀ ਹੈ ਇਹ ਵੀ ਖਤਮ ਕਰ ਦਿੱਤੀ ਜਾਏਗੀ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਖਤਮ ਹੋ ਗਈ ਫਿਰ ਇਤਰਾਜ਼ ਜਿਹੜੇ ਸਵਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨੂੰ ਪੁੱਛੇ ਜਾਣੇ ਚਾਹੀਦੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਨੂੰ ਪੁੱਛੇ ਜਾਣੇ ਚਾਹੀਦੇ ਨੇ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਸੇਵਾਦਾਰਾਂ ਨੂੰ ਪੁੱਛੇ ਜਾਂਦੇ ਕਹਿੰਦੇ ਜੀ ਸ਼੍ਰੋਮਣੀ ਅਕਾਲੀ ਦਲ ਨੇ ਭਾਜਪਾ ਨਾਲ ਸਮਝੌਤਾ ਕੀਤਾ ਮੈਂ 18ਵੀਂ ਸਦੀ ਦਾ ਇਤਿਹਾਸ ਪੜਿਆ 18ਵੀਂ ਸਦੀ ਦੇ ਵਿੱਚ ਇੱਕ ਵਾਰ ਪੰਥ ਨੇ ਜਕਰੀਆ ਖਾਨ ਦੇ ਨਾਲ ਵੀ ਸਮਝੌਤਾ ਕੀਤਾ ਸੀ ਪੋਲੀਟੀਕਲ ਸਮਝੌਤਾ ਸੀ ਉਹ ਸਮਝੌਤਾ ਹੋਇਆ ਸੀ ਜਕਰੀਆ ਖਾਨ ਦੇ ਨਾਲ ਔਰ ਉਹ ਸਮਝੌਤਾ ਟੁੱਟਿਆ ਵੀ ਸੀ ਪਰ ਉਦੋਂ ਬਾਅਦ ਜ਼ਕਰੀਆ ਖਾਨ ਨੂੰ ਗੁਰਦੁਆਰਿਆਂ ਦੇ ਵਿੱਚ ਦਖਲ ਅੰਦਾਜ਼ੀ ਕਰਨ ਦੀ ਪੰਥ ਨੇ ਆਜ਼ਾਦਤ ਨਹੀਂ ਸੀ ਦੇ ਦਿੱਤੀ ਪੰਥ ਨੇ ਜ਼ਕਰੀਆ ਖਾਨ ਨੂੰ ਗੁਰਦੁਆਰਿਆਂ ਦਾ ਪ੍ਰਬੰਧ ਸੰਭਾਲਣ ਦੀ ਆਜ਼ਾਦਤ ਨਹੀਂ ਸੀ ਦਿੱਤੀ ਨਾ ਉਦੋਂ ਦਿੱਤੀ ਸੀ ਜਦੋਂ ਸਮਝੌਤਾ ਸੀ ਤੇ ਨਾਉਂ ਦਿੱਤੀ ਜਦੋਂ ਸਮਝੌਤਾ ਟੁੱਟ ਗਿਆ ਇਸ ਕਰਕੇ ਇਹ ਗੱਲਾਂ ਜਿਹੜੀਆਂ ਨੇ ਇਹ ਬੇਮਾਇਨੀਆਂ ਨੇ ਇੱਥੇ ਸ਼ਰਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਨੇ ਵੀ ਜ਼ਿਕਰ ਕੀਤਾ ਕਿ ਸਿੱਖਾਂ ਨੂੰ ਕੀ ਹੋ ਗਿਆ ਇੱਕ ਆਮ ਬੰਦਾ ਆਮ ਸਿੱਖ ਕੋਈ ਐਮ ਐਲ ਏ ਕੋਈ ਐਮ ਪੀ ਛੱਡ ਕੇ ਕੋਈ ਕਾਂਗਰਸ ਜਵਾਨ ਕਰਦਾ ਹੈ ਬੀ ਜੀ ਪੀ ਜੁਆਇਨ ਕਰਦਾ ਹੈ ਕੋਈ ਦਰਦ ਨਹੀਂ ਹੈ ਕੋਈ ਦੁੱਖ ਨਹੀਂ ਹੈ ਪਰ ਸ਼ਰੋ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬੀ ਜੀ ਪੀ ਜੁਆਇਨ ਕਰ ਗਿਆ ਚਲੋ ਉਹਨੇ ਚੰਗਾ ਕੰਮ ਕੀਤਾ ਵੀ ਅਸਤੀਫਾ ਦੇ ਕੇ ਆ ਜਾਣ ਲੱਗਿਆ ਉਹਨੂੰ 16 ਤਰੀਕ ਨੂੰ ਦਿੱਲੀ ਦੇ ਵਿੱਚ ਗੁਰਦੁਆਰਾ ਰਕਾਬ ਗੰਜ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਬਾ ਅਫਸ ਦੇ ਵਿੱਚ ਮੈਂ ਸੱਦਿਆ ਮੈਂ ਸਰਸਾ ਸਾਹਿਬ ਬੀਜੇਪੀ 'ਚ ਚਲੇ ਗਏ ਉਹ ਅਸਤੀਫਾ ਦੇ ਕੇ ਗਏ ਉਹ ਚਲੋ ਚੰਗਾ ਹੈ ਪਰ ਹੁਣ ਤੁਹਾਡੀ ਲੋੜ ਜ਼ਿਆਦਾ ਹੈ ਤੁਸੀਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮਜ਼ਬੂਤ ਕਰੋ ਤੁਸੀਂ ਪਟਨਾ ਸਾਹਿਬ ਬੋਰਡ ਨੂੰ ਕਮਜ਼ੋਰ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ ਤੁਸੀਂ ਸਰਕਾਰ ਦੀ ਸਹਾਇਤਾ ਦੇ ਨਾਲ ਪਟਨਾ ਸਾਹਿਬ ਬੋਰਡ ਨੂੰ ਮਜ਼ਬੂਤ ਕਰਨ ਦਾ ਯਤਨ ਕਰੋ ਫਿਰ ਫਾਇਦਾ ਤੁਹਾਡਾ ਅਸੀਂ ਵੀ ਤੁਹਾਡੇ ਤੇ ਮਾਨ ਕਰਾਂਗੇ ਵੀ ਤੁਸੀਂ ਭਾਈ ਉੱਥੇ ਬੀਜੇਪੀ ਚ ਸ਼ਾਮਲ ਹੋ ਕੇ ਸਾਡੀਆਂ ਸੰਸਥਾਵਾਂ ਨੂੰ ਮਜ਼ਬੂਤ ਕਰਨ ਦਾ ਯਤਨ ਕੀਤਾ ਉਪਰਾਲਾ ਕੀਤਾ ਬਹੁਤ ਸਾਰੇ ਸਿੱਖ ਕਰਦੇ ਰਹੇ ਨੇ 1955 ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸੀ ਸ਼ਾਬਾਦ ਮਾਰਕੰਡਾ ਉਹ ਦਸਾਂਝਾ ਪੰਜਾਬ ਸੀ ਸ਼ਾਬਾਦ ਮਾਰਕੰਡਾ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸੀ ਔਰ ਉਹ ਸਰਦਾਰ ਪ੍ਰਤਾਪ ਸਿੰਘ ਜੀ ਕੈਰੋਂ ਜੋ ਉਸ ਵਕਤ ਦੇ ਮੁੱਖ ਮੰਤਰੀ ਸੀ ਉਹਨਾਂ ਦੇ ਦੋਸਤ ਸੀ ਬਹੁਤ ਅੱਛੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਰਨਲ ਇਜਲਾਸ ਆਇਆ ਔਰ ਉਹ ਜਿਹੜੇ ਮੈਂਬਰ ਸੀ ਨਾ ਉਹ ਆਪਣੇ ਘਰੋਂ ਰੂਪੋਸ਼ ਹੋ ਗਏ ਇੱਕ ਸਜਨ ਮਦਰ ਦੇ ਘਰ ਦੇ ਵਿੱਚ ਰਹਿਣ ਲੱਗ ਪਏ ਉਹ ਕਹਿੰਦੇ ਜੀ ਕੀ ਗੱਲ ਹੋ ਗਈ ਤੁਸੀਂ ਰੁਪੋਸ਼ ਕਿਉਂ ਹੋ ਗਏ ਹੋ ਉਹ ਕਹਿੰਦੇ ਜੀ ਮੈਨੂੰ ਸਰਦਾਰ ਪ੍ਰਤਾਪ ਸਿੰਘ ਕੈਰੋਂ ਦੇ ਸੁਨੇਹੇ ਜਿਹੜੇ ਨੇ ਘਰੇ ਆ ਰਹੇ ਨੇ ਕਿ ਮੈਂ ਉਹਨਾਂ ਨੂੰ ਮਿਲਾਂ ਕਹਿੰਦੇ ਫਿਰ ਤੁਸੀਂ ਮਿਲ ਲਓ ਤੁਹਾਡੇ ਦੋਸਤ ਐ ਅੱਗੇ ਵੀ ਮਿਲਦੇ ਰਹੇ ਹੋ ਕਹਿੰਦੇ ਜੀ ਦੋਸਤ ਐ ਮੇਰੇ ਮੈਂ ਇਸੇ ਕਰਕੇ ਨਹੀਂ ਮਿਲਦਾ ਕਿਉਂਕਿ ਜੇ ਮੈਂ ਮਿਲਣ ਚਲਾ ਗਿਆ ਤੇ ਉਹਨਾਂ ਨੇ ਮੈਨੂੰ ਇੱਕੋ ਗੱਲ ਕਹਿਣੀ ਐ ਕਿ ਮਾਸਟਰ ਤਾਰਾ ਸਿੰਘ ਦੇ ਖਿਲਾਫ ਜਿਹੜਾ ਹੈ ਉਹ ਵੋਟ ਕਰਨਾ ਉਹ ਕਹਿੰਦੇ ਜੀ ਫਿਰ ਤੁਸੀਂ ਕਾਂਗਰਸੀ ਹੋ ਉਹ ਕਹਿੰਦਾ ਬੇਸ਼ੱਕ ਮੈਂ ਕਾਂਗਰਸੀ ਆ ਪਰ ਮੈਂ ਪੰਥ ਦੇ ਖਿਲਾਫ ਵੋਟ ਨਹੀਂ ਕਰ ਸਕਦਾ ਮੈਂ ਪੰਥ ਦੇ ਖਿਲਾਫ ਵੋਟ ਨਹੀਂ ਪਾ ਸਕਦਾ ਇਹ ਸੋਚ ਸੀ ਉਸ ਵਕਤ ਦੇ ਸਿੱਖਾਂ ਦੀ ਕਿ ਬੇਸ਼ੱਕ ਮੈਂ ਕਾਂਗਰਸੀ ਆ ਪਰ ਪੰਥ ਦੇ ਖਿਲਾਫ ਮੈਂ ਵੋਟ ਜਿਹੜਾ ਹੈ ਜਰਨਲ اجلاس ਦੇ ਵਿੱਚ ਬਿਲਕੁਲ ਨਹੀਂ ਕਰਾਂਗਾ ਔਰ ਨਾ ਕਰ ਸਕਦਾ ਹਾਂ ਇਸ ਕਰਕੇ ਮੈਂ ਨਹੀਂ ਜਾਣਾ ਉਹਦੇ ਕੋਲੇ ਉਹ ਮੇਰਾ ਮਿੱਤਰ ਹੈ ਮੈਨੂੰ ਕਹਤਾ ਤੇ ਮੈਥੋਂ ਆਖਿਆ ਨਹੀਂ ਮੋੜਾ ਜਾਣਾ ਤੇ ਦੂਸਰੇ ਪਾਸੇ ਪੰਥ ਦੇ ਨਾਲ ਮੇਰੇ ਤੋਂ ਗਦਾਰੀ ਵੀ ਨਹੀਂ ਹੋਣੀ ਇਸ ਕਰਕੇ ਮੈਂ ਰਪੋਸ਼ ਆ ਇਸ ਤਰ੍ਹਾਂ ਦੇ ਪੁਰਾਣੇ ਵੇਲਿਆਂ ਦੇ ਵਿੱਚ ਲੀਡਰਸ਼ਿਪ ਪਾਰਟੀਆਂ ਦੇ ਅੰਦਰ ਅੱਜ ਲੋੜ ਹੈ ਜ਼ਰੂਰਤ ਹੈ ਕਿ ਉਸ ਤਰ੍ਹਾਂ ਦਾ ਜਜ਼ਬਾ ਜਿਹੜਾ ਹੈ ਅਸੀਂ ਆਪਣੇ ਅੰਦਰ ਲੈ ਕੇ ਆਈਏ ਪੱਖਪਾਤ ਹੋ ਰਿਹਾ ਆ ਹਿੰਦੁਸਤਾਨ ਦੇ ਹੀ ਭਾਰਤ ਦੀ ਇੱਕ ਸ਼ਹਿਰ ਦੇ ਵਿੱਚ ਸ਼ਰਿਆਮ ਜਿਹੜਾ ਹੈ ਉਹ ਹਿੰਦੂ ਰਾਸ਼ਟਰ ਦੀ ਗੱਲ ਕੀਤੀ ਗਈ ਸਾਨੂੰ ਕੋਈ ਇਤਰਾਜ਼ ਨਹੀਂ ਜੇ ਹਿੰਦੁਸਤਾਨ ਦੇ ਅੰਦਰ ਕੋਈ ਹਿੰਦੂ ਰਾਸ਼ਟਰ ਦੀ ਗੱਲ ਕਰਦਾ ਹੈ ਸਾਨੂੰ ਕੋਈ ਇਤਰਾਜ਼ ਨਹੀਂ ਹੈ ਪਰ ਜੇ ਕਿਸੇ ਨੇ ਸਿੱਖ ਰਾਸ਼ਟਰ ਦੀ ਗੱਲ ਕਰਤੀ ਉਹਦੇ ਤੇ ਦੇਸ਼ ਧਰੋਹ ਦਾ ਪਰਚਾ ਦੇ ਕੇ ਅੰਦਰ ਕਰ ਦਿੱਤਾ ਜਾਂਦਾ ਇਹ ਸਾਨੂੰ ਮੰਨਜ਼ੂਰ ਨਹੀਂ ਹੈ ਅਬ ਸਰਦਾਰ ਜਗਮੀਤ ਸਿੰਘ ਨੌਜਵਾਨ ਹੈ ਨਾ ਸਿੱਖ ਉਹਦੇ ਸਾਰੇ ਪਰਿਵਾਰ ਦੇ ਉੱਤੇ ਪਰਚਾ ਕਰ ਦਿੱਤਾ ਗਿਆ ਕਿ ਇਹਨੇ ਸਿੱਖ ਰਾਸ਼ਟਰ ਦੀ ਗੱਲ ਕੀਤੀ ਹੈ ਇਹ ਧੱਕਾ ਨਹੀਂ ਹੈ ਇਹ ਜ਼ੁਲਮ ਨਹੀਂ ਹੈ ਇੱਕ ਪਾਸੇ ਹਿੰਦੁਸਤਾਨ ਦੇ ਅੰਦਰ ਭਾਰਤ ਦੇ ਅੰਦਰ ਇੱਕ ਵਿਸ਼ੇਸ਼ ਫਿਰਕੇ ਨੂੰ ਮਾਰਨ ਦੀਆਂ ਹਦਾਇਤਾਂ ਜਾਰੀ ਹੁੰਦੀਆਂ ਨੇ ਉਹਦੇ ਵੀਡੀਓ ਜਾਰੀ ਹੁੰਦੇ ਨੇ ਕੋਈ ਕਾਰਵਾਈ ਨਹੀਂ ਹੈ ਇੱਕ ਫਿਰਕੇ ਨੂੰ ਖਤਮ ਕਰਨ ਦੇ ਲਈ ਐਲਾਨ ਕੀਤੇ ਜਾਂਦੇ ਨੇ ਕੋਈ ਕਾਰਵਾਈ ਨਹੀਂ ਹੈ ਤੇ ਜੇ ਕਿਸੇ ਨੇ ਮਾੜਾ ਮੋਟਾ ਕੋਈ ਖਾਲਸਾ ਰਾਜ ਦੀ ਗੱਲ ਕਰ ਲਈ ਤੇ ਉਹਦੇ ਤੇ ਦੇਸ਼ ਧਰੋਹ ਦਾ ਜਿਹੜਾ ਪਰਚਾ ਦਰਜ ਕਰਕੇ ਉਹਦੇ ਸਾਰੇ ਪਰਿਵਾਰ ਨੂੰ ਆਪਾ ਸਰਦਾਰ ਜਗਮੀਤ ਸਿੰਘ ਦੀ ਮਾਤਾ ਤੱਕ ਔਰ ਪਰਿਵਾਰ ਤੱਕ ਨੂੰ ਵੀ ਜਿਹੜਾ ਹੈ ਉਹ ਨਹੀਂ ਬਖਸ਼ਿਆ ਗਿਆ ਮੈਂ ਸਾਡੇ ਬਹੁਤ ਹੀ ਸਤਿਕਾਰਯੋਗ ਪ੍ਰਕਾਸ਼ ਸਿੰਘ ਜੀ ਬਾਦਲ ਨੇ ਕਿਹਾ ਹੈ ਕਿ ਜੋ ਹੁਕਮ ਹੋਊਗਾ ਉਹ ਸਾਰਾ ਸ਼੍ਰੋਮਣੀ ਅਕਾਲੀ ਦਲ ਮੰਨੂਗਾ ਸ਼੍ਰੋਮਣੀ ਅਕਾਲੀ ਦਲ ਹਿੰਦੁਸਤਾਨ ਦੇ ਅੰਦਰ ਧੱਕੇਸ਼ਾਹੀ ਦੇ ਖਿਲਾਫ ਹਮੇਸ਼ਾ ਆਵਾਜ਼ ਉਠਾਉਂਦਾ ਰਿਹਾ ਹੈ ਬਸ ਇੱਕੋ ਹੀ ਗੱਲ ਕਹਿਣੀ ਹੈ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਅੱਜ ਵੀ ਜੇ ਧੱਕਾ ਹੁੰਦਾ ਕਿਸੇ ਨਾਲ ਚਾਹੇ ਉਹ ਸਿੱਖ ਨਾਲ ਹੁੰਦਾ ਚਾਹੇ ਹਿੰਦੂ ਨਾਲ ਹੁੰਦਾ ਚਾਹੇ ਮੁਸਲਮਾਨ ਨਾਲ ਹੁੰਦਾ ਕੋਈ ਹੋਰ ਆਵਾਜ਼ ਉਠਾਏ ਨਾ ਉਠਾਏ ਲੇਕਿਨ ਸ਼੍ਰੋਮਣੀ ਅਕਾਲੀ ਦਲ ਨੂੰ ਆਵਾਜ਼ ਜ਼ਰੂਰ ਉਠਾਉਣੀ ਚਾਹੀਦੀ ਹੈ ਬਰੈ ਸੋਨਹੋ ਅਸੀਂ ਕਿਸੇ ਹਿੰਦੂ ਦੇ ਖਿਲਾਫ ਨਹੀਂ ਅਸੀਂ ਕਿਸੇ ਮੁਸਲਮਾਨ ਦੇ ਖਿਲਾਫ ਨਹੀਂ ਅਸੀਂ ਕਿਸੇ ਈਸਾਈ ਦੇ ਖਿਲਾਫ ਨਹੀਂ ਅਸੀਂ ਕਿਸੇ ਜੈਨੀ ਦੇ ਖਿਲਾਫ ਨਹੀਂ ਹੈ ਅਸੀਂ ਜ਼ੁਲਮ ਦੇ ਖਿਲਾਫ ਹੈ ਅਸੀਂ ਹਿੰਦੂ ਸਿੱਖ ਏਕਤਾ ਦੇ ਮਦਈ ਹੈ ਅਸੀਂ ਮੁਸਲਮਾਨ ਸਿੱਖ ਇਕਤਾ ਦੇ ਮਦਈਆਂ ਅਸੀਂ ਇਸਾਈ ਸਿੱਖ ਇਕਤਾ ਦੇ ਮਦਈਆਂ ਪਰ ਜਦੋਂ ਕੋਈ ਸਾਡੇ ਧਰਮ ਤੇ ਹਮਲਾ ਕਰੂਗਾ ਜਦੋਂ ਕੋਈ ਸਾਡੇ ਧਰਮ ਨੂੰ ਨੁਕਸਾਨ ਪਹੁੰਚਾਉਣ ਦਾ ਯਤਨ ਕਰੂਗਾ ਜਦੋਂ ਕੋਈ ਸਾਡੀਆਂ ਸੰਸਥਾਵਾਂ ਦੇ ਪ੍ਰਬੰਧ ਦੇ ਅੰਦਰ ਦਖਲਅੰਦਾਜ਼ੀ ਕਰਨ ਦਾ ਯਤਨ ਕਰੂਗਾ ਇਹ ਸਾਨੂੰ ਬਰਦਾਸ਼ਤ ਨਹੀਂ ਹੈ ਕਿਸੇ ਕੀਮਤ ਦੇ ਉੱਤੇ ਵੀ ਅਸੀਂ ਨਾ ਪਹਿਲੋ ਕਦੇ ਆਪਣੇ ਧਰਮ ਦੇ ਵਿੱਚ ਕਿਸੇ ਨੂੰ ਦਖਲਅੰਦਾਜ਼ੀ ਕਰਨ ਦਿੱਤੀ ਹੈ ਔਰ ਨਾ ਹੀ ਅਸੀਂ ਜਿਹੜਾ ਆਪਣੇ ਧਰਮ ਦੇ ਅੰਦਰ ਕਿਸੇ ਨੂੰ ਦਖਲ ਅੰਦਾਜ਼ੀ ਕਰਨ ਦੀ ਜਿਹੜੀ ਇਜਾਜ਼ਤ ਜਿਹੜੀ ਹੈ ਉਹ ਦੇਾਂਗੇ ਬੜੇ ਸੋਹਣੇ ਹਾਂ ਮੈਂ ਇੱਕ ਇਤਿਹਾਸ ਦੀ ਤੁਹਾਨੂੰ ਗੱਲ ਸੁਣਾਉਣਾ ਹੈ ਆ ਪ੍ਰਧਾਨ ਜੀ ਬੈਠੇ ਸੀ ਦਿੱਲੀ ਕਮੇਟੀ ਦੇ ਪ੍ਰਧਾਨ ਜਿਹੜੇ ਰਹੇ ਨੇ ਸਾਬਕਾ ਮਨਜਿੰਦਰ ਸਿੰਘ ਸਿਰਸਾ ਉਹਨਾਂ ਬਾਰੇ ਗੱਲ ਚੱਲੀ ਸ੍ਰੀ ਰਾਮ ਚੰਦਰ ਜੀ ਨੇ ਲੰਕਾ ਦੇ ਉੱਤੇ ਹਮਲਾ ਕੀਤਾ ਔਰ ਰਾਵਣ ਨੂੰ ਮਾਰਿਆ ਔਰ ਉੱਥੇ ਇੱਕ ਭਰਾ ਸੀ ਰਾਵਣ ਦਾ ਜਿਹਦਾ ਨਾਂ ਸੀ ਭਵੀਸ਼ਣ ਉਹਨੇ ਸ੍ਰੀ ਰਾਮਚੰਦਰ ਜੀ ਦਾ ਸਾਥ ਦਿੱਤਾ ਸਾਡੀ ਕੌਮ ਦੇ ਅੰਦਰ ਖਾਸ ਤੌਰ ਦੇ ਉੱਤੇ ਸਾਡੀ ਸੰਸਕ੍ਰਿਤੀ ਦੇ ਅੰਦਰ ਅਸੀਂ ਹਮੇਸ਼ਾ ਹੀ ਆਪਣੇ ਇਸ਼ਟਾਂ ਨੂੰ ਆਪਣੇ ਸੂਰਬੀਰ ਯੋਧਿਆਂ ਨੂੰ ਔਰ ਆਪਣੀ ਮਦਦ ਕਰਨ ਵਾਲਿਆਂ ਨੂੰ ਆਪਣਾ ਰੋਲ ਮਾਡਲ ਮੰਨਦੇ ਆ ਜਿਵੇਂ ਮਲੇਰ ਕੋਟਲੇ ਦੇ ਨਵਾਬ ਨੇ ਸਭਜਾਦਿਆਂ ਦੇ ਹੱਕ ਦੇ ਵਿੱਚ ਆਹ ਦਾ ਨਾਰਾ ਮਾਰਿਆ ਔਰ ਅਸੀਂ ਅੱਜ ਤੱਕ ਨਵਾਬ ਮਲੇਰ ਕੋਟਲਾ ਨੂੰ ਯਾਦ ਕਰਦੇ ਆ ਔਰ ਕਰਦੇ ਰਹਿਣਾ ਸਿਰਫ ਹਾਲਾਂਕਿ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਵੈਰੀ ਸੀ ਅਸੀਂ ਇਸ ਗੱਲ ਨੂੰ ਹੀ ਉਹਦੀ ਸ਼ਲਾੰਘਾ ਕਰਦੇ ਆ ਔਰ ਕਰਦੇ ਰਾਂਗੇ ਕਿਉਂਕਿ ਉਹਨੇ ਸਭਜਾਦਿਆਂ ਦੇ ਹੱਕ ਦੇ ਵਿੱਚ ਆਹ ਦਾ ਨਾਰਾ ਜਿਹੜਾ ਸੀ ਉਹ ਮਾਰਿਆ ਉਸੇ ਤਰ੍ਹਾਂ ਹੀ ਪਭੀਸ਼ਣ ਨੇ ਸ੍ਰੀ ਰਾਮਚੰਦਰ ਜੀ ਭਗਵਾਨ ਦਾ ਸਾਥ ਦਿੱਤਾ ਪਰ ਅੱਜ ਪਭੀਸ਼ਣ ਨੂੰ ਭਾਰਤ ਦੇ ਅੰਦਰ ਕੋਈ ਯਾਦ ਨਹੀਂ ਕਰਦਾ ਨਾ ਉਹਦੇ ਕੋਈ ਪੂਜਾ ਕਰਦਾ ਨਾ ਉਹਦੇ ਨਾਮ ਦੇ ਉੱਤੇ ਆਪਣੇ ਕੋਈ ਬੱਚੇ ਬੱਚੀਆਂ ਦਾ ਨਾਮ ਰੱਖਦਾ ਹਮੇਸ਼ਾ ਹੀ ਰੱਖੇ ਜਾਂਦੇ ਆ ਸਾਡੇ ਵੀ ਰੱਖਦੇ ਨੇ ਨਾਨਕ ਸਿੰਘ ਨਾਵਲਿਸਟ ਹੋਏ ਨੇ ਆ ਗੋਬਿੰਦ ਸਿੰਘ ਲੰਗੋਵਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹੋਏ ਨੇ ਅਸੀਂ ਹਮੇਸ਼ਾ ਹੀ ਆਪਣੇ ਸੂਰਬੀਰ ਯੋਧਿਆਂ ਔਰ ਗੁਰੂ ਸਹਿਬਾਨਾਂ ਦੇ ਨਾਵਾਂ ਦੇ ਉੱਤੇ ਆਪਣੇ ਬੱਚੇ-ਬੱਚੀਆਂ ਦਾ ਨਾਂ ਰੱਖਦੇ ਹਾਂ ਮਾਣ ਮਹਿਸੂਸ ਕਰਦੇ ਹਾਂ ਪਰ ਪਵਿਸ਼ਨ ਦੇ ਨਾਂ ਦੇ ਉੱਤੇ ਭਾਰਤ ਦੇ ਵਿੱਚ ਕਿਸੇ ਦਾ ਨਾਮ ਜਿਹੜਾ ਹੈ ਉਹ ਨਹੀਂ ਮਿਲੂਗਾ ਉਲਟਾ ਕਹਾਵਤਾਂ ਜ਼ਰੂਰ ਬਣੀਆਂ ਨੇ ਘਰ ਕਾ ਭੇਤੀ ਲੰਕਾ ਟਾਹੇ ਸਾਨੂੰ ਇਹੋ ਜਿਹੇ ਬੰਦਿਆਂ ਤੋਂ ਬਹੁਤ ਜ਼ਿਆਦਾ ਜਿਹੜਾ ਹੈ ਉਹ ਖਤਰਾ ਹੈ ਜਿਹੜੇ ਘਰ ਦਾ ਭੇਤੀ ਲੰਕਾ ਟਾਹੇ ਵਾਲੀ ਕਹਾਵਤ ਦੇ ਉੱਤੇ ਫੇਟ ਉਤਰਦੇ ਨੇ ਇਸ ਕਰਕੇ ਠੀਕ ਹੈ ਇਹ ਰਾਜਨੀਤੀ ਦੇ ਵਿੱਚ ਕੋਈ ਇਧਰੋਂ ਉਧਰੋਂ ਉਧਰੋਂ ਇਧਰ ਜਾਂਦੇ ਨੇ ਪਰ ਜਿਵੇਂ ਪ੍ਰਧਾਨ ਜੀ ਬੋਲ ਕੇ ਗਏ ਨੇ ਕੁਝ ਐਸੇ ਨੇ ਜਿਹੜੇ 800 ਮੌਤਾਂ ਜੜੀਆਂ ਹੋਈਆਂ ਨੇ ਉਹਨਾਂ ਦੀਆਂ ਲਾਸ਼ਾਂ ਦੇ ਸਿਰਾਂ ਦੇ ਉੱਤੇ ਪੈਰ ਰੱਖ ਕੇ ਜਾ ਰਹੇ ਨੇ ਇਹ ਗੱਲ ਠੀਕ ਨਹੀਂ ਹੈ ਇਹ ਗੱਲ ਚੰਗੀ ਨਹੀਂ ਹੈ ਇਹ ਘਟੋ ਘਟ ਜਦੋਂ ਜਾ ਰਹੇ ਹੋ ਦੇਖ ਲਓ ਕਿ ਤੁਹਾਡੇ ਪੈਰਾਂ ਦੇ ਥੱਲੇ 800 ਕਿਸਾਨਾਂ ਦੀਆਂ ਲਾਸ਼ਾਂ ਜੜੀਆਂ ਨੇ ਉਹ ਬਿਸ਼ੀਆਂ ਪਈਆਂ ਨੇ ਉਹਨਾਂ ਦੇ ਉੱਤੇ ਪੈਰ ਰੱਖ ਕੇ ਨਾ ਜਾਓ ਮੈਂ ਇੱਕ ਵਾਰੀ ਫੇਰ ਸਾਰੇ ਖਾਲਸਾ ਪੰਥ ਨੂੰ ਇਹ ਅਪੀਲ ਕਰਦਾ ਠੀਕ ਹੈ ਮਤਭੇਦ ਹੁੰਦੇ ਨੇ ਰਾਜਨੀਤਿਕ ਮਤਭੇਦ ਹੁੰਦੇ ਨੇ ਪਰਿਵਾਰਾਂ ਦੇ ਵਿੱਚ ਵੀ ਮਤਭੇਦ ਹੁੰਦੇ ਨੇ ਪਰਿਵਾਰਾਂ ਦੇ ਵਿੱਚ ਵੀ ਪਿਓ ਦਾ ਪੁੱਤ ਦੇ ਨਾਲ ਮਤਭੇਦ ਹੋ ਜਾਂਦਾ ਹੈ ਪਤੀ ਦਾ ਪਤਨੀ ਨਾਲ ਮਤਭੇਦ ਹੋ ਜਾਂਦਾ ਹੈ ਧੀ ਦਾ ਮਾਂ ਨਾਲ ਮਤਭੇਦ ਹੋ ਜਾਂਦਾ ਹੈ ਪਰ ਮਤਭੇਦ ਹੋਣ ਦਾ ਮਤਲਬ ਜਿਹੜਾ ਹੈ ਉਹ ਘਰ ਛੱਡਣਾ ਜਿਹੜਾ ਹੈ ਇਹ ਹੱਲ ਨਹੀਂ ਹੁੰਦਾ ਜੇ ਮਾਂ ਦਾ ਧੀ ਨਾਲ ਜਾਂ ਪਿਓ ਦਾ ਪੁੱਤ ਨਾਲ ਮਤਭੇਦ ਹੋ ਗਿਆ ਤੇ ਉਹ ਘਰ ਛੱਡ ਕੇ ਜਾਵੇ ਇਹ ਗੱਲ ਚੰਗੀ ਨਹੀਂ ਹੈ ਬੈਠ ਕੇ ਮਸਲੇ ਸੁਲਝਾਏ ਜਾ ਸਕਦੇ ਨੇ ਬੈਠ ਕੇ ਸਾਰੇ ਹੱਲ ਜਿਹੜੇ ਉਹ ਕੀਤੇ ਜਾ ਸਕਦੇ ਆ ਮੈਂ ਇੱਕੋ ਹੀ ਗੱਲ ਫੇਰ ਕਾਂਗਾ ਕਿ ਸ੍ਰੀ ਅਕਾਲ ਤਖਤ ਸਾਹਿਬ ਨੂੰ ਮਜ਼ਬੂਤ ਕਰੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮਜ਼ਬੂਤ ਕਰੋ ਜੇ ਅਕਾਲ ਤਖਤ ਸਾਹਿਬ ਮਜ਼ਬੂਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮਜ਼ਬੂਤ ਔਰ ਸ਼੍ਰੋਮਣੀ ਅਕਾਲੀ ਦਲ ਰਾਸੀ ਜਮਾਤ ਐ ਜੋ ਖਾਲਸਾ ਪੰਥ ਦੀ ਉਹ ਆਪਣੇ ਆਪ ਹੀ ਮਜ਼ਬੂਤ ਹੈ ਆਪਣੇ ਆਪ ਹੀ ਤਾਕਤਵਰ ਹੈ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਇਹਨੇ ਲਫ਼ਜ਼ ਪ੍ਰਵਾਨ ਕਰਨੇ ਮੇਰੇ ਵੱਲੋਂ ਸਾਰੇ ਬੈਠੇ ਰਹੇ ਜੀ ਸਿੰਘ ਸਾਹਿਬ ਜੀ ਵੱਲੋਂ ਬਾਬਾ ਬਲਵੀਰ ਸਿੰਘ ਜੀ ਸ਼ਰੋਮਣੀ ਅਕਾਲੀ ਪੰਥ ਬੁੱਢਾ ਦਲ ਵੱਲੋਂ ਜਿੰਨੇ ਇਥੇ ਸੰਭਲ ਸਾਰੇ ਵੱਲੋਂ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਅਲੀਸ਼ਾ ਬੇਗਮ ਇੱਕ ਔਰਤ ਦਾ ਦੁੱਖ ਇੱਕ ਔਰਤ ਹੀ ਸਮਝ ਸਕਦੀ ਹੈ ਰੋਹਾਨੀ ਅਤੇ ਕਾਲੀ ਸ਼ਕਤੀਆਂ ਦੀ ਮਾਲਕਨ ਦੁਨੀਆ ਦਾ ਸਭ ਤੋਂ ਚਮਤਕਾਰੀ ਇਲਮ ਮੇਰੇ ਕੋਲ ਹੈ ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ ਕਾਲਾ ਇਲਮ ਕਰਨਾ ਅਤੇ ਤੋੜਨਾ ਹਰ ਇੱਕ ਦੇ ਵਸ ਦੀ ਗੱਲ ਨਹੀਂ ਪਰੇਸ਼ਾਨੀ ਜਿਵੇਂ ਲਵ ਮੈਰਿਜ ਪਤੀ ਪਤਨੀ ਚ ਝਗੜਾ ਸੌਤਨ ਦੁਸ਼ਮਣ ਤੋਂ ਛੁਟਕਾਰਾ ਤਲਾਕ ਕੇਸ ਬੁਰੇ ਸੁਪਨੇ ਵਿਦੇਸ਼ ਯਾਤਰਾ ਬੁਰੀ ਸੰਗਤ ਜਾਂ ਨਸ਼ਾ ਛੁਡਾਉਣਾ ਬਿਮਾਰੀ ਚ ਦਵਾ ਨਾ ਲੱਗਣਾ ਵਸ਼ੀਕਰਨ ਇੱਕ ਸੱਚਾਈ ਹੈ ਵਸ਼ੀਕਰਨ ਕਰਵਾਓ ਮਨ ਚਾਹਾ ਪਿਆਰ ਪਾਓ ਕੀ ਤੁਹਾਡੀ ਕਿਸਮਤ ਚ ਲੋਟਰੀ ਦਾ ਯੋਗ ਹੈ ਜਾਂ ਨਹੀਂ ਸੱਚਾਈ ਜਾਣੋ ਲੋਟਰੀ ਨੰਬਰ ਪਾਓ ਭਾਵੇਂ 649 ਹੋਵੇ ਜਾਂ ਲੋਟੋ ਮੈਕਸ 11 ਕੈਂਟੇਜ ਕਰਵਾਓ ਹਰ ਪਰੇਸ਼ਾਨੀ ਦਾ ਹੱਲ ਘਰ ਬੈਠੇ ਅਸਟਾਮ ਪੇਪਰ ਤੇ ਲਿਖ ਕੇ ਲਵੋ ਕੰਮ ਦੀ ਗਾਰੰਟੀ ਜੇ ਕਹੜੇ ਤੋਂ ਬਾਹਰ ਹੈ ਤੁਰੰਤ ਸੰਪਰਕ ਕਰੋ ਤੁਹਾਡੀ ਹਰ ਗੱਲ ਗੁਪਤ ਰੱਖੀ ਜਾਵੇਗੀ ਅਲੀਸ਼ਾ ਬੇਗਮ ਵਰਲਡ ਫੇਮਸ ਬਾਬਾ ਸਲੀਮ ਖਾਨ ਇੱਕ ਵਾਰ 골ਡ ਮੈਡਲਿਸਟ ਸਾਰੀਆਂ ਥਾਵਾਂ ਤੋਂ ਨਿਰਾਸ਼ ਅਤੇ ਮਾਇੂਸ ਹੋਣ ਵਾਲੇ ਇੱਕ ਵਾਰ ਫੋਨ ਜ਼ਰੂਰ ਕਰੋ ਜਿਵੇਂ ਚਾਹੋਗੇ ਓਵੇਂ ਹੋਏਗਾ ਇਟਸ ਮਾਈ ਪ੍ਰੋਮਿਸ ਇਮੀਡੀਏਟਲੀ ਰਿਜ਼ਲਟ ਓਪਨ ਚੈਲੰਜ ਇਲਮਾ ਦੇ ਮਾਹਿਰ A to Z ਸਮੱਸਿਆਵਾਂ ਦਾ ਫੋਨ ਤੇ ਘਰ ਬੈਠੇ ਕਰਵਾਓ ਹੱਲ ਵਸ਼ੀਕਰਨ ਅਤੇ ਮੁੱਠ ਕਰਨੀ ਲਵ ਮੈਰਿਜ ਸੌਤਨ ਅਤੇ ਦੁਸ਼ਮਣ ਤੋਂ ਛੁਟਕਾਰਾ ਪੱਕਾ ਕੰਮ ਪੱਕਾ ਹੱਲ 101% ਦੀ ਗਾਰੰਟੀ ਅਸ਼ਟਾਮ ਪੇਪਰ ਸਮੇਤ ਸਭ ਤੋਂ ਪਹਿਲਾਂ ਕੰਮ ਕਰਨ ਦਾ ਵਾਅਦਾ ਨੌਕਰੀ ਪ੍ਰੋਮੋਸ਼ਨ ਕਾਰੋਬਾਰ ਚ ਪਰੇਸ਼ਾਨੀ ਘਰ ਚ ਝਗੜਾ ਕੋਰਟ ਕੇਸ ਤਲਾਕ ਪ੍ਰਾਪਰਟੀ ਝਗੜਾ ਪਤੀ ਪਤਨੀ ਚਨਪਨ ਜਾਂ ਦੁਟੋਨਾ ਮਨਮੋਣੀ ਵਸ਼ੀਕਰਨ ਕਰਵਾਓ ਜਾਂ ਤੜਵਾਓ ਰੁਸੇ ਨੂੰ ਮਣਾਓ ਹੁਣੇ ਕਾਲ ਕਰੋ ਬਾਬਾ सलीम ਖਾਨ 9819937460